ਸਾਡਾ ਜੀ ਪਿੰਡ ਕਗਿਆਣਾ ਹੈ ਅਤੇ ਬੱਚੇ ਬੱਚੀਆਂ ਬੱਚਾ ਪੜ੍ਹਨ ਗਿਆ ਸੀ ਸਕੂਲ ਅਤੇ ਉਸ ਤੋਂ ਬਾਅਦ ਘਰ ਆ ਕੇ ਖਾਣਾ ਖੁਣਾ ਖਾ ਕੇ ਅਤੇ ਕੰਮ ਕਾਰ ਕਰਕੇ ਅਤੇ ਤੂੜੀ ਲੈਣ ਨੂੰ ਗਈ ਸਾਡੇ ਬਾਹਰਲੇ ਪਾਸੇ ਵਾੜਾ ਉੱਥੇ ਜਾਂਦੀ ਪਈ ਸੀ ਅਤੇ ਚੱਕ ਕੇ ਮੁੰਡਾ ਜ਼ਬਰਦਸਤੀ ਨਾਲ ਆਪਦੇ ਕਮਰੇ 'ਚ ਲੈ ਗਿਆ ਅਤੇ ਉਹਦੇ ਨਾਲ ਜ਼ਬਰਦਸਤੀ ਕੀਤੀ, ਮੂੰਹ 'ਤੇ ਸੌਰ ਪਾ ਲਿਆ, ਆਵਾਜ਼ ਨਹੀਂ ਨਿਕਲਣ ਦਿੱਤੀ, ਘਰੇ ਆਂਢ ਗੁਆਂਢ ਕੋਈ ਹੈ ਨਹੀਂ ਸੀ, ਸਾਰੇ ਕੰਮਾਂ ਕਾਰਾਂ ਨੂੰ ਗਏ ਸੀ, ਗਰੀਬ ਬੰਦੇ ਅਸੀਂ। ਅਤੇ ਕੀ ਕਹਿੰਦੇ ਆ, ਤੁਹਾਡੀ ਕੋਈ ਜਾਤੀ ਦੁਸ਼ਮਣੀ ਸੀ ਉਹਨਾਂ ਨਾਲ ਕਿ ਤੁਹਾਡੇ ਘਰੇ ਆਉਣਾ ਜਾਣਾ ਸੀ ਉਹਦਾ? ਨਹੀਂ, ਕੋਈ ਜਾਣਾ ਉਹਨਾਂ ਨੇ ਸੀਗਾ ਜੀ। ਪੁਲਿਸ ਨੇ ਆਪਣੀ ਕਾਰਵਾਈ ਕੀਤੀ? ਕਾਰਵਾਈ ਕਰਤੀ ਹੈ ਜੀ। ਠੀਕ ਹੈ। ਕੌਣ ਆ ਮੁੰਡਾ ਇਹ? ਇਹ ਬੌਰੀਆਂ ਸਿੱਖਾਂ ਦਾ ਮੁੰਡਾ ਜੀ, ਜਗਤਾਰ ਸਿੰਘ ਨਾਂ ਇਹਦਾ, ਸੁਖਦੇਵ ਸਿੰਘ ਦਾ ਮੁੰਡਾ, ਪਾਲੂ ਦਾ ਪੁੱਤਰ ਹੈ। ਕਿੱਥੇ ਰਹਿੰਦਾ ਇਹ? ਇਹ ਪਿੰਡ ਕਗਿਆਣੇ ਰਹਿੰਦਾ ਜੀ। ਹਾਂਜੀ। ਉਸ ਤੋਂ ਬਾਅਦ ਘਰ ਮੋਨੋ ਪਈ ਸੀ ਵੀ ਘਬਰਾਹਟ ਗਈ ਕੁੜੀ ਵੀ ਮੇਰੇ ਨਾਲ ਕੀ ਘਟਨਾ ਵਾਪਰ ਗਈ। ਹੁਣ ਉਦੋਂ ਬਾਅਦ ਤੁਸੀਂ ਫਿਰ ਜਦੋਂ ਦਵਾਈ ਕੀਤੀ ਉਦੋਂ ਬਾਅਦ ਤੁਸੀਂ ਕਿੱਥੇ ਲੈ ਕੇ ਆਏ? ਅਤੇ ਮੁੜ ਕੇ ਉਦੋਂ ਬਾਅਦ ਥਾਣੇ ਰਿਪੋਰਟ ਕਰਕੇ ਅਤੇ ਅਸੀਂ ਮੈਡੀਕਲ ਦਾਖਲ ਕਰਿਆ ਜੀ। ਹੁਣ ਹਾਲਤ ਕੀ ਹੈ? ਠੀਕ ਆ ਜੀ। ਅਜੇ ਜੋ ਛੁੱਟੀ ਮਿਲੀ ਉਹਦਾ ਪਤਾ ਲੱਗੂਗਾ, ਪਰ ਮੰਦਾ ਆ ਰਹੀ ਹੈ ਕੁੜੀ ਦਾ। ਜਿਹੜਾ ਉਹ ਜਿਹੜਾ ਆਰੋਪੀ ਤੋਂ ਦੱਸਿਆ ਜਿਹੜਾ ਮੁੰਡਾ, ਉਹ ਹੁਣ ਕਿੱਥੇ ਹੈਗਾ? ਉਹ ਪੁਲਿਸ ਨੇ ਜੀ ਗਵਾਹਦਾਰ ਕਰ ਲਿਆ ਜੀ। ਕੀ ਮੰਗ ਕਰਦੇ ਹੋ? ਅਸੀਂ ਇਹ ਮੰਗ ਕਰਦੇ ਵੀ ਸਭ ਤੋਂ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ, ਵੱਧ ਤੋਂ ਵੱਧ ਉਹਨੂੰ ਜੁਰਮਾਨਾ ਹੋਣਾ ਚਾਹੀਦਾ ਅਤੇ ਸਾਡਾ ਸਾਫ ਸਾਨੂੰ ਮਿਲਣਾ ਚਾਹੀਦਾ। ਜੋ 9th ਮੇਂ ਪੜ੍ਹਤੀ ਹੈ ਔਰ ਤਕਰੀਬਨ 14-15 ਸਾਲ ਕੀ ਉਸਕੀ ਏਜ ਹੈ, ਆਪਣੇ ਘਰ ਸੇ ਬਾਹਰ ਨਿਕਲ ਰਹੀ ਥੀ ਤੋ ਗਰੀਬ ਪਰਿਵਾਰ ਸੇ ਸੰਬੰਧਿਤ ਹੈ ਤੋ ਉਨਕਾ ਪੜੋਸੀ ਹੀ ਇੱਕ ਜਗਤਾਰ ਸਿੰਘ ਨਾਮ ਕੀ ਯੁਵਕ ਔਰ ਥਾ, ਜਿਸਕੀ ਕਰੀਬ 22-23 ਸਾਲ ਕੇ ਕਰੀਬ ਉਮਰ ਹੈ ਉਸਕੀ, ਤੋ ਉਸਨੇ ਉਸਕੋ ਖਿੰਚ ਕੇ ਆਪਣੇ ਪਸ਼ੂਓਂ ਕਾ ਜੋ ਵਾੜਾ ਹੋਤਾ ਹੈ ਉਸਮੇਂ ਲੈ ਗਿਆ ਔਰ ਵਹਾਂ ਉਸਕੇ ਸਾਥ ਬਲਾਤਕਾਰ ਕੀਆ ਉਸਨੇ। ਤੋ ਇਨਕੇ ਲਈ ਮੁਕਦਮਾ ਜੋ ਹੈ ਮੁਕਦਮਾ ਨੰਬਰ 13 ਅੰਡਰ ਸੈਕਸ਼ਨ 376 IPC ਔਰ ਦਾ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸੁਅਲ ਅਫੈਂਸਿਸ ਐਕਟ 2012 ਕੇ ਤਹਿਤ ਦਰਜ ਕੀਆ ਗਿਆ ਹੈ। ਹਾਂ, ਲੜਕੀ ਘਬਰਾਹਟ ਮੇਂ ਕੁਛ ਜ਼ਹਿਰੀਲੀ ਵਸਤੂ ਉਸਨੇ ਪੀ ਲਈ ਥੀ, ਲੇਕਿਨ ਬਾਅਦ ਮੇਂ ਪਤਾ ਚਲਾ ਵੀ ਜੇ ਤੋ ਦਵਾਈ ਸਮਝ ਕੇ ਉਸਨੇ ਪੀ ਹੈ। ਅਭੀ ਸਰ ਆਰੋਪੀ ਜੋ ਹੈ ਅਭੀ ਆਰੋਪੀ ਕੋ ਗ੍ਰਿਫਤਾਰ ਕਰ ਲਿਆ ਗਿਆ ਔਰ ਉਸਕੋ ਜੇਲ੍ਹ ਭੇਜ ਦਿਆ ਗਿਆ ਹੈ।